32 ਸਾਲਾਂ ਤੋਂ ਸਾਡੇ ਬੰਦੀ ਸਿੱਖ ਜੇਲ੍ਹਾਂ ਦੇ ਵਿੱਚ ਹੈਗੇ ਹੈ, ਜਦਕਿ ਜਿਹੜੇ ਬਦਮਾਸ਼ ਸੀਗੇ ਲੁੱਚੇ ਸੀਗੇ ਗੁਜਰਾਤ ਦੇ ਵਿੱਚ 2002 ਦੇ ਵਿੱਚ ਜਿਨ੍ਹਾਂ ਨੇ ਮੁਸਲਮਾਨ ਮਾਰੇ, ਉਹ ਪਿਛਲੀ 15 ਅਗਸਤ ਜਿਹਨੂੰ ਕਹਿੰਦੇ ਆਜ਼ਾਦੀ ਦਿਵਸ ਹੈ, ਉਹ ਮੋਦੀ ਸਾਹਿਬ ਅਤੇ ਅਮਿਤ ਸ਼ਾਹ ਜੀ ਨੇ ਸਾਰਿਆਂ ਨੂੰ ਰਿਹਾਅ ਕਰ ਦਿੱਤਾ। ਬੀਬੀ ਬਾਣੋ ਜਿਹਦੇ ਉੱਤੇ ਜਬਰ ਜਨਾਹ ਹੋਇਆ ਸੀਗਾ, ਉਹਦੀ ਵੀ ਗੱਲ ਨਹੀਂ ਸੁਣੀ ਗਈ, ਉਹਦੇ ਰਿਸ਼ਤੇਦਾਰ ਮਾਰੇ ਗਏ ਸੀਗੇ। ਇਹ ਜਿਹੜਾ ਜ਼ੁਲਮ ਘੱਟ ਗਿਣਤੀਆਂ ਦੇ ਉੱਤੇ ਹੋ ਰਿਹਾ ਹੈ, ਇਹਦਾ ਇਹ ਇੰਡੀਆ ਦੇ ਉੱਤੇ, ਇਹਦੀ ਸਿਆਸਤ ਦੇ ਉੱਤੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈ। ਹੁਣ ਜਿਹੜਾ ਉੜੀਸਾ ਦੇ ਵਿੱਚ ਬਹੁਤ ਭਿਆਨਕ ਇਹ ਐਕਸੀਡੈਂਟ ਹੋਇਆ ਗੱਡੀਆਂ ਦਾ, ਅਸੀਂ ਕੱਲ੍ਹ ਹੀ ਬਿਆਨ ਦੇ ਦਿੱਤਾ ਸੀਗਾ ਕਿ ਇਹਦੇ 'ਚ ਸੈਬਟਾਜ ਹੈ, ਅਤੇ ਅੱਜ ਸਰਕਾਰ ਵੀ ਮੰਨ ਗਈ ਹੈ ਕਿ ਸੈਬਟਾਜ ਹੈ। ਪਰ ਜਦੋਂ BJP ਅਤੇ RSS ਧਰਮ ਨਿਰਪੱਖਤਾ ਸੈਕੂਲਰਿਜ਼ਮ ਛੱਡ ਦੂਗਾ, ਤਾਂ ਫਿਰ ਇਹੋ ਜਿਹੀ ਚੀਜ਼ਾਂ ਹੋਣੀਆਂ ਸੰਭਵ ਹੋ ਜਾਂਦੀਆਂ ਕਿ ਜੇ ਸਿਰਫ ਹਿੰਦੁੱਤਵਾ ਦੀ ਗੱਲ ਕਰਨੀ ਹੈ ਅਤੇ ਬਾਕੀ ਦੀਆਂ ਕੌਮਾਂ ਫਿਰ ਉਹਨਾਂ ਨੂੰ ਕੱਖ ਨਹੀਂ ਦੇਣਾ, ਸਿੱਖਾਂ ਨੂੰ ਵੀ ਇਨਸਾਫ ਨਹੀਂ ਦੇਣਾ, ਤਾਂ ਫਿਰ ਮੇਰਾ ਮਤਲਬ ਹੈ ਕਿ ਇਸ ਤਰ੍ਹਾਂ ਇੰਡੀਆ ਦੀ ਸਿਕਿਉਰਿਟੀ ਨਹੀਂ ਰੱਖੀ ਜਾਂਦੀ। ਹੁਣ ਸਾਡੇ ਆਰਮੀ ਦੇ ਚੀਫ ਹੈਗੇ ਹੈ ਪਾਂਡੇ ਸਾਹਿਬ, ਸਾਡੀ ਜਿਹੜੀ ਸਰਹੱਦਾਂ ਹੈਗੀਆਂ ਉਹਨਾਂ ਦੇ ਵਿੱਚ 1962, 2020, 2022 ਦੇ ਵਿੱਚ ਚੀਨੀ ਵੜ ਗਏ ਹੈ। ਹੁਣ ਪਾਂਡੇ ਜਨਰਲ ਸਾਹਿਬ ਦੀ ਡਿਊਟੀ ਤਾਂ ਹੱਦ ਦੇ ਉੱਤੇ ਹੋਣੀ ਚਾਹੀਦੀ ਹੈ, ਸਰਹੱਦ ਦੇ ਉੱਤੇ ਹੋਣੀ ਚਾਹੀਦੀ ਹੈ। ਉਹਨਾਂ ਨੂੰ ਭੇਜ ਤਾਂ ਮਣੀਪੁਰ ਕਿ ਉੱਥੇ ਜਿਹੜੇ ਰੌਲੇ ਪਏ ਹੈ ਉਹਨਾਂ ਦਾ ਕੁਛ ਕਰੋ। ਹੁਣ ਮੇਰਾ ਮਤਲਬ ਹੈ, ਫੌਜ ਦੇ ਜਰਨੈਲ ਦੇ ਉੱਤੇ ਇੰਨੀ ਵੱਡਾ ਬੋਝ ਹੋਵੇ ਕਿ ਤੁਸੀਂ ਆਪਣੀ ਸੀਮਾ ਨੂੰ ਨਹੀਂ ਸਾਂਭ ਸਕਦੇ, ਅਤੇ ਮਣੀਪੁਰ ਉਹਦਾ ਟਾਈਮ ਵੇਸਟ ਕਰਕੇ, ਮੈਨੂੰ ਤਾਂ ਨਹੀਂ ਸਮਝ ਆਉਂਦੀ ਕਿ ਇਹ ਹਿੰਦੁੱਤਵ ਨੂੰ ਅਜੇ ਤੱਕ ਮਿਲਟਰੀ ਰਵਾਇਤ ਦਾ ਪਤਾ ਲੱਗਿਆ, ਜੋ ਕਰਕੇ ਇਹਨਾਂ ਨੇ ਕਦੇ ਰਾਜ ਨਹੀਂ ਕੀਤਾ ਸਵਾਏ ਅਯੋਧਿਆ ਦੇ ਵਿੱਚ। ਅਤੇ ਜੇ ਕੋਈ ਵੀ ਮਿਲਟਰੀ ਰਵਾਇਤ ਨਹੀਂ ਹੈ, ਤਾਂ ਫਿਰ ਜਿਨ੍ਹਾਂ ਦੇ ਵਿੱਚ ਸਿੱਖਾਂ ਦੇ ਵਿੱਚ ਹੈਗੀ ਹੈ ਉਹਨਾਂ ਨੂੰ ਵੀ ਖੁੱਡੇ ਲਾਇਆ ਹੋਇਆ। ਕੋਈ ਸੈਂਟਰ ਦਾ ਕੈਬਨਿਟ ਵਜ਼ੀਰ ਸਿੱਖ ਅਜੇ ਤੱਕ ਲਿਆ ਨਹੀਂ, ਸੁਪਰੀਮ ਕੋਰਟ ਦੇ ਵਿੱਚ ਕੋਈ ਜੱਜ ਸਾਡਾ ਹੈ ਨਹੀਂ ਗਾ, ਹਾਈ ਕੋਰਟਾਂ ਦੇ ਵਿੱਚ ਚੀਫ ਜਸਟਿਸ ਸਿੱਖਾਂ ਦਾ ਕੋਈ ਹੈ ਨਹੀਂ ਗਾ, ਫੌਜ ਦੇ ਵਿੱਚ ਵੀ ਕੋਈ ਸਾਡਾ ਜਰਨੈਲ ਨੇਵੀ ਏਅਰਫੋਰਸ ਦੇ ਵਿੱਚ ਨਹੀਂ ਹੈ। ਤਾਂ ਮੇਰਾ ਮਤਲਬ ਹੈ, ਇਹ ਵੱਖ ਭਾਤ ਇਸ ਤਰ੍ਹਾਂ ਫੈਲ ਰਿਹਾ ਜਿਵੇਂ ਇਹ ਹਕੂਮਤ ਕਰ ਰਹੀ ਹੈ।